ਪਹਿਲਾ ਦਿਨ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਮੁਕੇਸ਼ ਹੈ ਤੁਸੀਂ ਕਿਹੜੀ ਕਲਾਸੇ ਚ ਪੜਨੇ ਹੋ ਮੈਂ 8ਵੀਂ ਕਲਾਸੇ ਚ ਪੜਨਾ ਆ ਤੁਹਾਡੇ ਮਾਪਿਓ ਦਾ ਕੀ ਨਾਮ ਹੈ ਮੇਰੀ ਮਾਂ ਦਾ ਨਾਮ ਸ਼੍ਰੀਮਤੀ Kusum ਤੇ ਪਿਓ ਦਾ ਨਾਮ ਸ਼੍ਰੀ ਪ੍ਰਕਾਸ਼ ਹੈ ਤੁਸੀਂ ਕੁੱਥੇ ਰਹਨੇ ਹੋ ਮੈਂ ਸਾਂਬੇ ਰਹਨਾ ਆ ਦੂਆ ਤੇ ਤਰੀਆ ਦਿਨ ਤੁਹਾਡੇ ਸਕੂਲੇ ਦਾ ਕਿਹਨਾ ਹੈ ਮੇਰੇ ਸਕੂਲੇ ਦਾ ਨਾਮ ਆਰਮੀ ਪਬਲਿਕ ਸਕੂਲ ਹੈ ਤੁਹਾਡੀ ਕਲਾਸ ਦੇ ਮਾਸਟਰ ਕਿਹੜਾ ਵਿਸ਼ੇ ਪੜਾਉਂਦੇ ਨੇ ਸਾਡੀ ਕਲਾਸ ਦੇ ਮਾਸਟਰ ਹਿੰਦੀ ਵਿਸ਼ੇ ਪੜਾਉਂਦੇ ਨੇ ਤੁਹਾਡੀ ਰੁਚੀ ਕਿਹੜੇ ਵਿਸ਼ੇ ਚ ਜ਼ਿਆਦਾ ਹੈ ਮिक्की ਡੋਗਰੀ ਭਾਸ਼ਾ ਸ਼ਾਇ ਲੱਗਦੀ ਹੈ ਤੁਸੀਂ ਕੀ ਭਾਸ਼ਾ ਪੜ੍ਹਨਾ ਚੰਗਾ ਲੱਗਦਾ ਹੈ ਆ ਇਹਦਾ ਚ ਕਵਿਤਾ ਕਹਾਣੀਆਂ ਤੇ ਨਾਟਕ ਹੁੰਦੇ ਨੇ ਆ ਨਾਟਕ ਤੇ ਅਸ ਵੀ ਖੇលੀ ਸਕਨੇ ਆ ਤੂੰ ਸ ਕਿਹੜੀ ਕਿਹੜੀ ਭਾਸ਼ਾ ਬੋਲੀ ਸਕਦੇ ਹੋ ਮੈਂ ਹਿੰਦੀ ਅੰਗਰੇਜ਼ੀ ਪੰਜਾਬੀ ਤੇ ਇਮਾਂਚਲੀ ਭਾਸ਼ਾ ਬੋਲੀ ਸਕਣਾ ਡੇ 4 ਚੌਥਾ ਦਿਨ ਤੁੰਦੇ ਘਰੇ ਚ ਰੋਟੀ ਕੌਣ ਬਣਾਉਂਦਾ ਹੈ ਸਾੜ ਘਰੇ ਚ ਮਾਂ ਤੇ ਪਿਓ ਦੋਨੋਂ ਰੋਟੀ ਬਣਾਉਂਦੇ ਨੇ ਤੁਸੀਂ ਕੀ ਸਕੂਲੇ ਚ ਕੁੰਨ ਛੱਡਦਾ ਹੈ ਮਿੱਕੀ ਸਕੂਲ ਛੱਡਣੇਗੀ ਕਦਾਂ ਪਿਓ ਤੇ ਕਦਾਂ ਭਰਾ ਆ ਜਾਂਦੇ ਨੇ। ਅਭਿਵਾਵਕ ਸਿੱਖषक ਮੁਲਾਕਾਤ ਚ ਕੁਣ ਆਉਂਦੇ ਨੇ? ਕੁਸੇ ਵੇਲੇ ਮੇਰੀ ਮਾਂ, ਕੁਸੇ ਵੇਲੇ ਮੇਰਾ ਪਿਓ ਆਉਂਦੇ ਨੇ। ਪੰਜਵਾਂ ਦਿਨ। ਤੂੰ ਕੀ ਖਾਣੇ ਚ ਜ਼ਿਆਦਾਤਰ ਕੀ ਚੰਗਾ ਲੱਗਦਾ ਏ? ਮਿੱਕੀ ਖਿਜੜੀ ਚੰਗੀ ਲੱਗਦੀ ਏ। ਤੇਰੇ ਇਲਾਕੇ ਚ ਕਿਹੜਾ ਫਲ ਜ਼ਿਆਦਾ ਮਿਲਦਾ ਹੈ? ਇੱਥੇ ਸੇਬ, ਅੰਬਰੂਦ ਤੇ ਪਪੀਤਾ ਜ਼ਿਆਦਾ ਮਿਲਦਾ ਹੈ। ਪਰ ਮਿੱਕੀ ਕੇਲਾ ਸ਼ਹਿਰ ਲੱਗਦਾ ਹੈ। ਸ਼ਾਮਾਂ ਦਿਨ। ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ? ਮੈਂ ਸਵੇਰੇ 6 ਵਜੇ ਉੱਠਣਾ ਹੁੰਨਾ। ਕੀ ਤੁਸੀਂ ਰੋਜ਼ ਕਸਰਤ ਕਰਨੀ ਹੁੰਨੇ? ਆਹ ਮੈਂ ਯੋਗਾ ਕਰਨਾ ਹੁੰਨਾ। ਤੁਹਾਡੇ ਸਕੂਲੇ 'ਚ ਕੋਈ ਯੋਗਾ ਦਾ ਸਿੱਖषक ਹੈ? ਆਹ ਸਾਡੇ ਸਕੂਲੇ 'ਚ ਯੋਗਾ ਦਾ ਸਿੱਖषक ਹੈ। ਉਹ ਅਸੀਂ ਯੋਗਾ ਤੇ ਦੂਵੇ ਵਿਆਯਾਮ ਸਿਖਾਉਂਦੇ। ਸਤਮਾ ਦਿਨ ਤੁਸੇ ਕੀ ਖੇਲਣਾ ਪਸੰਦ ਹੈ ਆਮ ਮਿੱਕੀ ਫੁੱਟਬਾਲ ਖੇਲਣਾ ਪਸੰਦ ਹੈ ਮਿੱਕੀ ਅੰਦਰਾਲੀਆਂ ਖੇਲਣਾ ਚੰਗੀਆਂ ਲੱਗਦੀਆਂ ਨੇ ਤੇ ਤੁਸੇ ਕੀ ਮੈਂ ਟੇਬਲ ਟੈਨਿਸ ਖੇਲਣਾ ਨਾ ਤੁਸੇ ਵੀਡੀਓ ਗੇਮ ਖੇਲਦੇ ਹੋ ਨਾ ਮਿੱਗੀ ਵੀਡੀਓ ਗੇਮ ਸ਼ੈਲ ਨਹੀਂ ਲੱਗਦੀ ਮਿੱਕੀ ਬਾਹਰ ਚ ਖੇਲਣਾ ਸ਼ੈਲ ਲੱਗਦਾ ਜਿਹਾ ਕਬੱਡੀ ਅੱਠਵਾਂ ਨੌਵਾਂ ਤੇ ਦਸਵਾਂ ਦਿਨ ਤੁੰਦੇ ਇਲਾਕੇ ਚ ਕਿਹੜੀ ਨਦੀ ਵਗਦੀ ਹੈ ਸਾੜੇ ਇਲਾਕੇ ਚ ਤਵੀ ਨਦੀ ਵਗਦੀ ਹੈ ਉਦੇ ਆਸ-ਪਾਸੇ ਬੜੇ سارے ਬਾਗ ਨੇ ਅਸ ਸਾਰੇ ਉਥੇ ਘੁੰਮਣੇ ਜਾਂਦੇ ਆ ਤੁਸ ਘੁਮਣ ਕੁੱਥੇ ਜਾਂਦੇ ਹੋ ਅਸ ਬਾਗਿਆ ਚ ਘੁੰਮਣ ਜਾਂਨੇ ਆ ਸਾੜੇ ਸ਼ਹਿਰ ਦੇ ਬਾਹਰ ਇੱਕ ਪਹਾੜ ਹੈ ਇੱਕ ਘੁੰਮਣੇ ਦੀ ਬੜੀ ਸ਼ੈਲ ਜਗ੍ਹਾ ਹੈ ਤੁੰਦੇ ਇਲਾਕੇ ਚ ਖੇਤ ਐਨ ਹੈ ਆ ਸਾੜੇ ਲੱਖਾਂ ਚ ਬੜੇ ਖੇਤ ਨੇ ਉੱਥੇ ਇੱਕ ਜੰਗਲ ਵੀ ਐ ਉਸ ਜੰਗਲ ਚ ਇੱਕ ਚਰਨਾ ਐ ਤੁਸੈ ਚਰਨਾ ਦਿਖੇਗਾ ਨਹੀਂ ਪਰ ਮੈਂ ਦਿਖਣਾ ਚਾਹਨਾ ਮੇਰੇ ਗ੍ਰਾਂ ਆਂ ਮੈਂ ਤੁਕੀ ਚਰਨਾ ਦੱਸਗਾ 11ਵਾਂ ਦਿਨ ਉਫ ਅੱਜ ਬੜੀ ਗਰਮੀ ਪਵਾਦੀ ਐ ਅੱਜ ਬਰਖਾ ਪਾਉਣੀ ਚਾਹੀਦੀ ਤੁੰਦੇ ਇਲਾਕੇ ਚ ਮੌਸਮ ਕਨਿਆ ਐ ਇੱਥੇ ਦਾ ਮੌਸਮ ਜ਼ਿਆਦਾਤਰ ਆਮ ਜਾਂ ਗਰਮ ਰਹਿੰਦਾ ਹੈ। ਕੀ ਤੁਸੇ ਰੇਗਿਸਤਾਨ ਦਿਖੇਗਾ? ਨਹੀਂ ਮੈਂ ਰੇਗਿਸਤਾਨ ਨਹੀਂ ਦਿਖੇਦਾ। ਉੱਥੇ ਤੇ ਬੜੀ ਗਰਮੀ ਪਉਂਦੀ ਹੈ। ਆਹ ਪਰ ਰਾਤੀ ਰੇਤ ਠੰਡਾ ਹੋ ਹੀ ਜਾਂਦਾ। ਮੈਂ ਵੀ ਰੇਗਿਸਤਾਨ ਦੇਖਣਾ ਚਾਹਨਾ। ਮੈਂ ਪਿਛਲੀ ਗਰਮੀ ਦੀ ਛੁੱਟੀਆਂ 'ਚ ਆਪਣੇ ਘਰ ਆਨੇ ਕੰਨੇ ਪੜਨੇ ਚ ਕੁੰਮਣੇ ਗਈ ਗਿਆ ਹਾਂ। ਉੱਥੇ ਸਰਦੀਆਂ 'ਚ ਬੜੀ ਬਰਫ਼ ਪਉਂਦੀ ਹੈ। 12ਵਾਂ 13ਵਾਂ 14ਵਾਂ ਤੇ 15ਵਾਂ ਦਿਨ ਤੁੰਦਾ ਪਸੰਦੀਦਾ ਤਿਹਾਰ ਕਿਹੜਾ ਹੈ ਮੇਰਾ ਪਸੰਦੀਦਾ ਤਿਹਾਰ ਦੀਵਾਲੀ ਹੈ ਦੀਵਾਲੀ ਮिक्की ਵੀ ਬੜੀ ਪਸੰਦ ਹੈ ਪਰ ਮਿਜੀ ਓਲੀ ਜ਼ਿਆਦਾ ਪਸੰਦ ਹੈ ਓਲੀ ਚ ਅਸ ਬੜਾ ਰੰਗ ਖੇਲਦੇ ਆ ਤਿਹਾਰਾਂ ਚ ਅਸ ਬੜੀ ਮਿਠਾਈਆਂ ਖੰਨੇ ਆ ਜੀਆਂ ਸੇਵੀਆਂ ਜਿਹਦੇ ਦਾ ਖਾਸ ਪਕਵਾਨ ਹੈ ਮਿਗੀ ਤਿਹਾਰਾਂ ਦਾ ਬੇਲੇ ਮੇਲੇ ਚ ਘੁੰਮਣਾ ਬੜਾ ਸ਼ਾਇਰ ਲੱਗਦਾ ਹੈ ਆ ਮਿੱਕੀ ਵੀ ਘੁੰਮਣਾ ਪਸੰਦ ਹੈ ਤੁੰਦੇ ਸਕੂਲੇ ਚ ਆਜ਼ਾਦੀ ਦਾ ਦਿਨ ਕਿੰਨਾਂ ਮਨਾਇਆ ਜਾਂਦਾ ਹੈ ਅਸ ਝੰਡਾ ਚਾੜਦੇ ਆ ਤੇ ਰਾਸ਼ਟਗਾਨ ਗਾਣੇ ਆ ਤੇ ਲੱਡੂ ਖਾਂਦੇ ਆ ਇੰਹਾਂ ਗਾ ਗਣਤੰਤਰਤਾ ਦਿਵਸ ਵੀ ਮਨਾਉਂਦੇ ਆ 2 ਅਕਤੂਬਰ ਗੀ ਅਸ ਸਵਛਤਾ ਦਿਹਾੜਾ ਮਨਾਉਂਦੇ ਆ ਨੇ ਸਾਡੇ ਸਕੂਲੇ ਚ ਮਾਤਰ ਪਾਸ਼ਾ ਦਿਹਾੜਾ ਵੀ ਮਨਾਉਂਦੇ ਨੇ ਜਿਹੜਾ 21 ਫਰਵਰੀ ਗੀ ਆਉਂਦਾ ਹੈ 16ਵਾਂ ਤੇ 17ਵਾਂ ਦਿਨ ਤੁੰਦੇ ਘਰੇ ਚ ਕੌਣ ਕੌਣ ਹੈ ਮੇਰੇ ਘਰੇ ਚ ਮਾਂ ਪਿਓ ਦਾਦਾ ਦਾਦੀ ਚਾਚਾ ਚਾਚੀ ਤੇ ਮੇਰੀ ਭੈਣ ਹੈ ਅੱਛਾ ਤੁਸ ਕਦੀ ਆਪਣੇ ਮਾਮੇ ਦੇ ਘਰੇ ਚ ਜਾਂਦੇ ਹੋ ਆ ਮੈਂ ਛੁੱਟੀਆਂ ਚ ਮਾਮੇ ਦਾ ਘਰ ਜੰਨਾ ਆ ਉੱਥੇ ਬੜਾ ਸ਼ਾਇਲ ਲੱਗਦਾ ਹੈ ਉੱਥੇ ਮੇਰੇ ਮਾਮਾ मामੀ ਮਾਸੀ ਤੇ ਨਾਨਾ ਨਾਨੀ ਰਹਉਂਦੇ ਨੇ ਸਾਰੀ ਨਾਨੀ ਅਸੇਂਗੀ ਬੜੀਆਂ ਕਹਾਣੀਆਂ ਸੁਣਾਉਂਦੀ ਹੈ ਕੀ ਤੁਸ ਵੀ ਆਪਣੇ ਮਾਮੇ ਦੇ ਘਰ ਜਾਂਦੇ ਹੋ ਆ ਮੈਂ ਵੀ ਆਪਣੇ ਮਾਮੇ ਤੇ ਬੂਆ ਦੋਨੇ ਦੇ ਘਰ ਜਾਣਾ ਹੈ। ਮੇਰੀ ਬੂਆ ਦੇ ਘਰੇ ਚ ਇੱਕ ਕੁੱਤਾ ਤੇ ਇੱਕ ਬਿੱਲੀ ਵੀ ਹੈ। ਮੇਰੇ ਘਰੇ ਚ ਗਊ ਤੇ ਬੱਛੇ ਨੇ। ਸਾੜੇ ਗਰਾں ਚ ਬੈਂਸ ਤੇ ਬੱਕਰੀਆਂ ਵੀ ਆਣ। ਮੇਰੇ ਘਰੇ ਚ ਇੱਕ ਤੋਤਾ ਹ। ਇੱਕ ਦਿਨ ਉਹ ਉੱਡੀ ਆ ਤੇ ਮੀਂਹ ਹੀ ਬੜਾ ਮਜ਼ਾ ਆ। 18ਵਾਂ ਤੇ 19ਵਾਂ ਦਿਨ। ਤੁਸੀਂ ਸਕੂਲੇ ਦੀ ਛੁੱਟੀਆਂ ਚ ਕਿੱਥੇ ਘੁੰਮਣਾ ਪਸੰਦ ਕਰਦੇ ਹੋ? ਮਿੱਕੀ ਗਰਮੀਆਂ ਦੀਆਂ ਛੁੱਟੀਆਂ 'ਚ ਪਹਾੜਾਂ 'ਚ ਘੁੰਮਣਾ ਪਸੰਦ ਹੈ। ਇਨੇ ਛੁੱਟੀਆਂ 'ਚ ਕੁੱਥੇ ਜਾਣਿਆ ਲਿਓ? ਮੈਂ ਤਾਂ ਇਨੇ ਛੁੱਟੀਆਂ 'ਚ ਸਿੱਕਮ ਜਾਂ ਕਸ਼ਮੀਰ ਜਾਣ ਆਲਾਂ। ਮੇਰੀ ਇੱਛਾ ਤਾਂ ਠੰਡੀ ਦੀ ਛੁੱਟੀਆਂ 'ਚ ਗੋਆ ਜਾਂ ਅੰਡਮਾਨ ਜਾਣ ਦੀ ਹੈ। ਅਰੇ ਅੰਡਮਾਨ ਤੇ ਸਾਗਰੇ ਦਾ ਵਿੱਚ ਹੈ। ਉੱਥੇ ਕਿਹयां ਜਾਂਦੇ ਨੇ? ਉੱਥੇ ਅਵਾਈ ਜਾਜੇ 'ਚ ਤੇ ਪਾਣੀ ਵਾਲੇ ਜਾਜੇ ਦੋਨੇ 'ਚ ਜਾਈ ਸਕਨੇ ਆ। ਬੀਮਾ ਦਿਨ ਤੁਸ ਪੜੀ ਲਿਖੀ ਹੈ ਕੀ ਕਰਨਾ ਚਾਹੁੰਦੇ ਹੋ ਮੈਂ ਲੇਖਕ ਬਣਨਾ ਚਾਹਨਾ ਹੈ ਮੈਂ ਆਪਣੇ ਕਰੇ ਲੂਤਨ ਦੇ ਚ ਮਦਦ ਕਰਨਾ ਚਾਹਨਾ ਹੈ ਜੀਆਂ ਕਿਹੜੇ ਤਰੀਕੇ ਦਾ ਧੰਦਾ ਖੇਤੀ ਬਾੜੀ ਬਾਗਬਾਨੀ ਦੁਕਾਨ ਤੇ ਕੱਪੜੇ ਦਾ ਧੰਦਾ ਮੈਂ ਰਾਜਨੀਤੀ ਚ ਜਾਣਾ ਚਾਹਨਾ ਹੈ ਮੇਰਾ ਸੁਪਨਾ ਐਵਰੇਸਟ ਉੱਪਰ ਜਾਣੇ ਦਾ ਹੈ ਮੈਂ ਤੇ ਫੌਜੀ ਬਣਨਾ ਚਾਹਨਾ ਹੈ